ਸੀਂ ਪਹਿਲੋਂ ਵੀ ਸਟਾਰਟ ਕੀਤਾ ਹੋਇਆ ਸੀ ਵੀ ਇਹ ਜਿਹੜਾ ਪੀਐਨਬੀ ਚੌਂਕ ਤੋਂ ਲੈ ਕੇ ਤੇ ਬਸਤੀ ਅੱਡੇ ਤੱਕ ਅਸੀਂ ਨੋਟੋ ਜ਼ੋਨ ਬਣਾਇਆ ਹੋਇਆ ਸੀ ਜਿਹੜਾ ਸਾਰਿਆਂ ਨੂੰ ਪਤਾ ਸੀ ਆਲਮੋਸਟ ਜਲੰਧਰ ਵਾਲਿਆਂ ਨੂੰ ਪਰ ਫਿਰ ਵੀ ਕੁਝ ਜਿਹੜੇ ਹੈਪਚੁਅਲ ਸੀ ਜਾਣ ਬੁੱਝ ਕੇ ਕਹਿ ਸਕਦੇ ਹਾਂ ਜਾਂ ਬਾਰ-ਬਾਰ ਜੇ ਥੋੜੀ ਜਿਹੀ ਅਸੀਂ ਲੀਨੀਅਰ ਟੂਏ ਵੀ ਚਲੋ ਉਹਦੇ 'ਚ ਇਹਨਾਂ ਨੇ ਬਾਰ-ਬਾਰ ਫਿਰ ਉਹੀ ਸਿ ਸ਼ਿਕਾਇਤਾਂ ਆ ਰਹੀਆਂ ਸੀ ਲੋਕਾਂ ਦੀ ਸਿਵਲ ਹਸਪੀਟਲ ਜਿਹੜੇ ਪੇਸ਼ੈਂਟ ਜਾਂਦੇ ਨੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ ਤੰਗੀ ਆ ਰਹੀ ਸੀ ਵੀ ਉਹਦੇ 'ਚ ਜਾਮ ਲੱਗਦਾ ਸੀ 2025 ਆਟੋ ਦੇ ਚਲਾਨ ਕੱਟੇ ਨੇ ਤੇ ਇਸ ਤੋਂ ਇਲਾਵਾ ਵੀ ਹੋਰ ਅਜੇ ਚੱਲ ਰਹੀ ਹੈ ਇਹਨਾਂ ਕੋ ਕੀ ਅੰਡਰੇਜ ਬੱਚੇ ਸੀ ਜਿਹੜੇ ਨਹੀਂ ਚੱਲ ਰਹੇ ਆਟੋ ਚਲਾ ਰਹੇ ਸੀ ਉਹਨਾਂ ਦੇ ਇੰਪਾਉਂਡ ਕੀਤੇ ਗਏ ਨੇ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਲਗਾਤਾਰ ਜਲੰਧਰ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੋ ਹੈ ਜੋ ਟ੍ਰੈਫਿਕ ਦੇ ਰੂਲ ਤੋੜਨ ਵਾਲਿਆਂ ਦੇ ਉੱਤੇ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤੇ ਅੱਜ ਜਲੰਧਰ ਟ੍ਰੈਫਿਕ ਪੁਲਿਸ ਵੱਲੋਂ ਆਟਵਾਂ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਸਾਡੇ ਨਾਲ ਐਡੀਸੀਪੀ ਟ੍ਰੈਫਿਕ ਆਪਾਂ ਗੱਲਬਾਤ ਕਰਦੇ ਹਾਂ ਸਰ ਲਗਾਤਾਰ ਤੁਹਾਡੇ ਵੱਲੋਂ ਜੋ ਹੈ ਜਲੰਧਰ ਟ੍ਰੈਫਿਕ ਦੀ ਜੋ ਸਿਸਟਮ ਨੂੰ ਕੀਤਾ ਸਹੀ ਕੀਤਾ ਜਾ ਰਿਹਾ ਜਿੱਥੇ ਅੱਜ ਤੁਹਾਡੇ ਵੱਲੋਂ ਆਟਵਾਂ ਦੇ ਉੱਤੇ ਸਖਤੀ ਜੀ ਬਿਲਕੁਲ ਜਿਹੜਾ ਅਸੀਂ ਕਰ ਰਹੇ ਆ ਟ੍ਰੈਫਿਕ ਹੁੰਦੀ ਲੋਕਾਂ ਦੀ ਅਵੇਅਰਨੈਸ ਵੀ ਇਹ ਪਹਿਲਾਂ ਕੈਂਪੂ ਚੱਲ ਰਹੇ ਸਾਡੇ ਐਜੂਕੇਸ਼ਨ ਸੱਲ ਨੇ ਬੜਾ ਅੱਛਾ ਕੰਮ ਕੀਤਾ ਪਿੱਛੇ ਜੇ ਕਾਫੀ ਕੈਂਪ ਲਾਇਏ ਸੀ ਆਪਣੇ ਟੈਕਸੀ ਯੂਨੀਅਨਸ ਦੇ ਵਿੱਚ ਫਿਰ ਟਰੱਕ ਯੂਨੀਅਨ ਜਾ ਕੇ ਸਕੂਲ ਦੇ ਵਿੱਚ ਜਾ ਕੇ ਈਵਨ ਅਸੀਂ ਜਿਹੜੇ ਪੀਟੀਐਮ ਸੀ ਜਿਹੜੇ ਹੁੰਦੇ ਨੇ ਆਪਣੇ ਪੇਰੈਂਟ ਟੀਚਰ ਮੀਟਿੰਗ ਕੰਵਨਟ ਸਕੂਲ ਉੱਤੇ ਜਾ ਕੇ ਵੀ ਅਸੀਂ ਬੜਾ ਅੱਛਾ ਇਹਨਾਂ ਨੇ ਕੰਮ ਕੀਤਾ ਸਾਰਿਆਂ ਨੇ ਹੁਣ ਅਸੀਂ ਪਹਿਲੂ ਵੀ ਸਟਾਰਟ ਕੀਤਾ ਹੋਇਆ ਸੀ ਵੀ ਜਿਹੜਾ ਪੀਐਨਬੀ ਚੌਂਕ ਤੋਂ ਲੈ ਕੇ ਤੇ ਬਸਤੀ ਅਡੇ ਤੱਕ ਅਸੀਂ ਨੋਟੋ ਜ਼ੋਨ ਬਣਾਇਆ ਹੋਇਆ ਸੀ ਜਿਹੜਾ ਸਾਰਿਆਂ ਨੂੰ ਪਤਾ ਸੀ ਆਲਮੋਸਟ ਜਲੰਧਰ ਵਾਲਿਆਂ ਨੂੰ ਪਰ ਫਿਰ ਵੀ ਕੁਝ ਜਿਹੜੇ ਹੈਪਚੁਅਲ ਸੀ ਜਾਣ ਬੁੱਝ ਕੇ ਕਹਿ ਸਕਦੇ ਜਾਂ ਬਾਰ-ਬਾਰ ਜੇ ਥੋੜੀ ਜੀ ਅਸੀਂ ਲੀਨੀਅਰ ਟੋਏ ਵੀ ਚਲੋ ਉਹਦੇ ਚ ਇਹਨਾਂ ਨੇ ਬਾਰ-ਬਾਰ ਫਿਰ ਉਹੀ ਸਿ ਐਸ਼ ਕਹਿਤਾ ਆ ਰਹੀਆਂ ਸੀ ਲੋਕਾਂ ਦੀਆਂ ਸਿਵਲ ਹਸਪੀਟਲ ਜਿਹੜੇ ਪੇਸ਼ੈਂਟ ਜਾਂਦੇ ਨੇ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ ਤੰਗੀ ਆ ਰਹੀ ਸੀ ਵੀ ਉਹਦੇ ਚ ਜਾਮ ਲੱਗਦਾ ਸੀ ਉਹਨੂੰ ਲੈ ਕੇ ਫਿਰ ਤੋਂ ਸਖਤੀ ਕੀਤੀ ਗਈ ਹੈ ਜਿਹੜੇ ਪੀ ਐਨ ਬੀ ਚੌਂਕ ਤੋਂ ਲੈ ਕੇ ਬਸ ਸਿ ਅੱਡੇ ਤੱਕ ਬਿਲਕੁਲ ਸਖਤੀ ਦੇ ਨਾਲ ਇਹਨਾਂ ਨੂੰ ਇਹੋ ਹੀ ਆਰਡਰ ਕੀਤੇ ਗਏ ਨੇ ਵੀ ਤੁਸੀਂ ਬਿਲਕੁਲ ਵੀ ਕੋਈ ਆਟੋ ਉੱਥੇ ਜਾਂਦਾ ਬਿਲਕੁਲ ਨਹੀਂ ਜਾਣ ਦੇਣਾ ਜਿਹੜਾ ਨੋ ਆਟੋ ਜ਼ੋਨ ਜੇ ਬਣਾਇਆ ਉਹਨੂੰ ਸਖਤੀ ਦੇ ਨਾਲ ਵੀ ਪਾਲਣਾ ਕਰਨੀ ਆ ਤੇ ਅੱਜ ਉਹਨੂੰ ਲੈ ਕੇ ਮਹੀਮ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਅਸੀਂ ਕਰੀਬ 20-25 ਆਟੋਆਂ ਦੇ ਚਲਾਨ ਕੱਟੇ ਨੇ ਤੇ ਇਸ ਤੋਂ ਇਲਾਵਾ ਵੀ ਹੋਰ ਅਜੇ ਚੱਲ ਰਹੀ ਹੈ ਸ਼ਾਮ ਤੱਕ ਚੱਲੇਗੀ ਕਿੰਨੇ ਆਟੋ ਹੁਣ ਤੱਕ ਚਲਾਨ ਤੇ ਕੱਟ ਦਿੱਤੇ ਗਏ ਨੇ ਕਈ ਆਟੋ ਬਾਂਡ ਵੀ ਕੀਤੇ ਜੀ ਬਿਲਕੁਲ 10 ਤੋਂ 15 ਆਟੋ ਕੋਈ ਐਗਜੈਕਟ ਫਿਗਰ ਇਸ ਵੇਲੇ ਨਹੀਂ ਹੈਗੀ ਮੇਰੇ ਕੋਲ ਪਰ ਕਰੀਬ 10 ਤੋਂ 15 ਜਿਹੜੇ ਆਟੋ ਨੇ ਉਹ ਇੰਪਾਉਂਡ ਕੀਤੇ ਨੇ ਦੇਖਿਆ ਜਾਂਦਾ ਕਿ ਜਿਹੜੇ ਆਟੋ ਆ ਦੇ ਵਿੱਚ ਪੇਪਰ ਨਹੀਂ ਹੁੰਦੇ ਹੈਗੇ ਕਿ ਉਹਨਾਂ ਤੇ ਵੀ ਕੋਈ ਤੁਹਾਡੇ ਵੱਲੋਂ ਕੋਈ ਰੇਤੇ ਕੋਈ ਰੂਲ ਬਣਾਇਆ ਜਾ ਜੀ ਬਿਲਕੁਲ ਇਹਨਾਂ ਨੂੰ ਜਿਵੇਂ ਸਾਡਾ ਐਜੂਕੇਸ਼ਨ ਸੈਲਸ ਹੀ ਅਵੇਅਰ ਵੀ ਕਰ ਰਹੇ ਆ ਫਿਰ ਜਿਹੜੇ ਹੈਗੇ ਨੇ ਜਿੰਨਾਂ ਕੋ ਕਿ ਅੰਡਰਏਜ ਬੱਚੇ ਸੀ ਜਿਹੜੇ ਨਹੀਂ ਚੱਲ ਰਹੇ ਆਟੋ ਚਲਾ ਰਹੇ ਸੀ ਉਹਨਾਂ ਨੇ ਇੰਪਾਉਂਡ ਕੀਤੇ ਗਏ ਨੇ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਨਿਤੇ ਸਰ ਗੱਲ ਕਰੀਏ ਹੋਰ ਵੀ ਆਟੋ ਜ਼ੋਨ ਬਣਾ ਜਲੰਧਰ ਦੇ ਵਿੱਚ ਬਣਾਏ ਗਏ ਨੇ ਸਿਰਫ 21 ਜ਼ੋਨ ਬਣਾਏ ਨੇ ਫਿਲਹਾਲ ਜਿਹੜਾ ਸੀ ਇਹਦੇ ਉੱਤੇ ਕੰਮ ਚੱਲ ਰਿਹਾ ਸੀ ਪੀ ਐਨ ਬੀ ਚੌਂਕ ਤੋਂ ਉੱਥੇ ਕਾਫੀ ਸਿਵਲ ਹਸਪੀਟਲ ਹੈ ਆ ਪੇਸ਼ੈਂਟ ਜਿਹੜੇ ਜਾਂਦੇ ਨੇ ਕਾਫੀ ਦਿੱਕਤ ਆਉਂਦੀ ਹੈ ਉਹਨੂੰ ਲੈ ਕੇ ਪਹਿਲੂ ਵੀ ਅਸੀਂ ਸਟਾਰਟ ਕੀਤਾ ਸੀ ਫਿਰ ਥੋੜਾ ਜਿਹਾ ਉجب ਕਰਕੇ ਇਹਨਾਂ ਨੂੰ ਦਿੱਤਾ ਜਿਹੜਾ ਟਾਈਮਿੰਗ ਕੁਝ ਦਿੱਤੀ ਸੀ ਵੀ ਸਕੂਲ ਟਾਈਮਿੰਗ ਦੇ ਉੱਤੇ ਆਟੋ ਨੂੰ ਜਾਣ ਦੇਣਾ ਪਰ ਉਹਦੇ ਵਿੱਚ ਇਹਨਾਂ ਨੇ ਨਜਾਇਜ਼ ਫਾਇਦਾ ਚੁੱਕਣ ਵਾਲੀ ਗੱਲ ਹੋਈ ਦੀ ਕਿ ਇਹਨਾਂ ਨੇ ਲੀਨਿਅਨ ਲੈ ਕੇ ਜਦੋਂ ਲੀਨਿਅਨ ਥੋੜੀ ਜਿਹੀ ਹੋਈ ਪੁਲਿਸ ਇਹਨਾਂ ਨੇ ਫਿਰ ਉੱਥੇ ਆਟੋ ਐਜ਼ ਇਟ ਇ ਚੱਲਨੇ ਸ਼ੁਰੂ ਹੋ ਗਏ ਸੀ ਜਿਹਨੂੰ ਲੈ ਕੇ ਲੋਕਾਂ ਦੇ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਫਿਰ ਉਹਨੂੰ ਲੈ ਕੇ ਅੱਜ ਅਸੀਂ ਫਿਰ ਸਟਾਰਟ ਕੀਤਾ ਜੀ ਹੁਣ ਦਿਨ ਤਿਆਰ ਆ ਰਹੇ ਨੇ ਤੇ ਉੱਥੇ ਲਗ ਲੱਗੇ ਸ਼ਹਿਰ ਦੇ ਵਿੱਚ ਜਲੰਧਰ ਦੇ ਵਿੱਚ ਟ੍ਰੈਫਿਕ ਦਾ ਸਭ ਤੋਂ ਜ਼ਿਆਦਾ ਮੁਸ਼ਕਲਾਰ ਦੀਆਂ ਹੈਗੀਆਂ ਕੀ ਹੁਣ ਤੁਹਾਡੇ ਲੋ ਤੁਹਾਡੇ ਵੱਲੋਂ ਕੀ ਟ੍ਰੈਫਿਕ ਦੇ ਉਜੀ ਬਿਲਕੁਲ ਹੁਣ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਿਹਾ ਤੇ ਜਿਹਦੇ ਚ ਲੋਕਾਂ ਨੇ ਸ਼ਾਪਿੰਗ ਕਰਨੀ ਆ ਸ਼ਾਪਿੰਗ ਮਾਲਸ ਦੇ ਬਾਹਰ ਹਰ ਇੱਕ ਜਗ੍ਹਾ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਕਾਫੀ ਪੀੜ ਕਰਾਊਡੀ ਏਰੀਆ ਹੋ ਜਾਂਦਾ ਵਿੱਚ ਲੋਕਾਂ ਨੂੰ ਪਾਰਕਿੰਗ ਦੀ ਬੜੀ ਦਿੱਕਤ ਹੁੰਦੀ ਹੈ ਜਿੰਨੂੰ ਲੈ ਕੇ ਅਸੀਂ ਜਿਹੜੇ ਵਕ ਵਕ ਥਾਵਾਂ ਦੇ ਉੱਤੇ ਵਨ ਵੇ ਕਰਾ ਰਹੇ ਹਾਂ ਜਿਵੇਂ ਹੁਣ ਮਾਡਲ ਟਾਊਨ ਅੱਗੇ ਵੀ ਚੱਲਦਾ ਹੁੰਦਾ ਸੀ ਪਹਿਲਾਂ ਬੰਦ ਹੋ ਗਿਆ ਸੀ ਹੁਣ ਦੁਬਾਰਾ ਅਸੀਂ ਉਹਨੂੰ ਸਟਾਰਟ ਕਰ ਰਹੇ ਹਾਂ ਜਿਵੇਂ ਸੁਪੋਜ਼ KFC ਤੋਂ ਲੈ ਕੇ ਪੰਜਾਬ ਤੋਂ ਸਿੰਧ ਮੰਗ ਤੱਕ ਵਨ ਵੇਅ ਫੇਅ ਅੱਗੇ ਸਟਾਰ ਬਾਕਸ ਵਾਲੀ ਲੇਨ ਜਿਹੜੀ ਉਹਨੂੰ ਵਨ ਵੇਅ ਕਰਾਂਗੇ ਤੇ ਉਹਨੂੰ ਸ਼ਕਤੀ ਨਾਲ ਅਸੀਂ ਲਾਗੂ ਕਰਾਂਗੇ ਹੁਣ ਦੇਖਿਆ ਜਾਂਦਾ ਈ ਰਿਕਸ਼ਾ ਕਿਹੜਿਆ 18 ਸਾਲ ਤੋਂ ਥੱਲੇ ਵੀ ਨੌਜਵਾਨ ਚਲਾਉਂਦੇ ਨੇ ਕਿ ਉਹਨਾਂ ਦੇ ਵੀ ਤੁਹਾਡੇ ਵੱਲੋਂ ਕੋਈ ਇਸ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜਾਂ ਕੋਈ ਇੱਕ ਜਲੰਧਰ ਵਾਸੀ ਜਿਹੜੇ ਆਟੋ 18 ਸਾਲਾਂ ਤੋਂ ਥੱਲੇ ਚਲਾਉਂਦੇ ਨੇ ਕਈ ਹਾਦਸੇ ਵੀ ਹੋ ਜਾਂਦੇ ਨੇ ਜੀ ਬਿਲਕੁਲ ਜਿਹੜੇ ਅੰਦਰੇ ਚ ਕੋਈ ਚਲਾਉਂਦਾ ਹੈ ਆਟੋ ਉਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਅੱਗੇ ਵੀ ਕੱਟੇ ਜਾਂਦੇ ਨੇ ਤੇ ਹੋਰ ਵੀ ਇਹਨੂੰ ਸ਼ਕਤੀ ਨਾਲ ਸੀ ਲਾਗੂ ਕਰਾਂਗੇ ਤੁਹੇ ਦੇਖਿਆ ਸੀ ਐਡੀਸੀਪੀ ਟ੍ਰੈਫਿਕ ਦੇ ਨਾਲ ਗੱਲਬਾਤ ਕੀਤੀ ਗਿਆ ਜੋ ਅੱਜ ਜਲੰਧਰ ਦੇ ਵਿੱਚ ਟ੍ਰੈਫਿਕ ਦੇ ਬਾਰੇ ਜੋ ਆਇਆ ਇੱਕ ਸਪੈਸ਼ਲ ਜੋ ਆਟਵਾ ਦੇ ਉੱਤੇ ਸਖਤੀ ਨਾਲ ਕਿਹੜੇ ਆਟੋ ਜੋ ਟ੍ਰੈਫਿਕ ਦੇ ਵਿੱਚ ਰੁਕਦੇ ਨੇ ਲੋਕਾਂ ਨੂੰ ਕਿਹੜੀ ਪਰੇਸ਼ਾਨੀ ਆਉਂਦੀ ਹੈ ਤੇ ਅੱਜ ਟ੍ਰੈਫਿਕ ਪੁਲਿਸ ਵੱਲੋਂ 25 ਤੋਂ 30 ਚਲਾਨ ਕਿੜਿਆ ਉਹਨਾਂ ਵੱਲੋਂ ਕੱਟੇ ਗਏ ਨੇ ਤੇ 15 ਤੋਂ 20 ਚਲਾਨ ਕਿੜਿਆ ਗੱਡੀਆਂ ਉਹਨਾਂ ਦੇ ਆਟੋ ਦੀਆਂ ਬੋਨ ਕਿਤੇ ਗਿਆ ਤੇ ਟ੍ਰੈਫਿਕ ਐਡੀਸੀਪੀ ਵੱਲੋਂ ਉਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਕਿੱਥੇ ਜੋ ਹੈ ਨੋ ਜ਼ੋਨ ਆਟੋ ਦਾ ਬਣਾਇਆ ਗਿਆ ਤੇ ਉੱਥੇ ਨਾ ਜਾਣ ਤੇ ਉਹਨਾਂ ਤੇ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਕ ਆਜਨ ਜਗਬਾਨੀ ਟੀਵੀ ਜਲੰਧਰ